कल मजीठा दे विच दो गुटां दे विच सानू जदों पता चलिया कि लड़ाई चल रही है जिथे दोवां दे विच पथराबाजी ते हवा च जिहड़े फायर किए जा रहे सीगे, पुलिस ने बड़ी मुस्तैदी दे नाल टाइम नाल पहुँच के कोई जिहड़ी अणसुखावी घटना तो जिहड़ा बचाव हो गया और मौके दे उपर ही जिहड़े आ पंज जिहड़े दोषी आ जिहड़े दोवां गुटां दे जिहड़े गिरफ्तार किए आ, जिन्हां दे कोलों दो नजायज़ जिहड़े पिस्टल 32 बोर जिंदा राउंड और विद मैगजीन जिहड़े पिस्टल पकड़े आ और एक 12 बोर की जिहड़ी राइफल है जिहड़े अलोंग विद जिहड़े मिसफायर जिहड़े को जिहड़े कोल आ उहनां दे नाल रिकवर कीती है। इन्हां दोवां दे विच असीं इह तफतीश कर रहे हैं और दोवां दी आपस च कोई पुरानी रंजिशबाजी है जिहदे तहत इह जिहड़ी कारवाई जिहड़ी इन्हां ने कीती है। जिहड़ी एक ग्रुप जिहड़ी आ तुसीं एक पासे रवि है पुत्र जसपाल सिंह और दूसरे पासे सुखचैन है, टोटल असी जिहड़े जिहड़े खोल जिहड़े असी बरामद कीते आ उह 17 खोल जिहड़े पिस्टल दे आ और 12 जिहड़े आ 7 खोल जिहड़े आ राइफल 12 बोर दे आ। पंज जिहड़े दोषी असी जिहड़े अरैसट कर लए आ ते बाकियां दी जिहड़ी असी FIR दी तुहानूं दे दिंदे आ, जिहड़े टोटल 20-22 बंदे हैगे आ जिहड़े टोटल। सामने वेख के दस्सो कि जदों इहनां दी आपस दे विच इहनां ने टाइम पाया सीगा और किस जगह दे मजीठा दे विच किस जगह दे उत्ते जा के जिहड़ा आपस च फायरिंग कर रहे सी, इह जिहड़ा आपो अपना जिहड़ा मुहल्ला है जिहड़ा खासा पत्ती उत्थे दा इही वाकिया है, उत्थे ही इह लागे चागे ही रहिंदे आ, आपसी इहनां दी कोई पुरानी रंजिशबाजी है जिहदे तहत कल जिहड़ी इहनां ने हुल्लड़बाजी जिहड़ी कीती है जिहदे उत्ते असीं सरकार दी जिहड़ी आ दिशा निर्देश जिहड़े आ अमन शांति नूं कानून जिहड़ा कानून की व्यवस्था नूं कायम रखने वास्ते जो असी बिल्कुल जिहदे वास्ते वचनबद्ध आ उहदे तहत असी सख्त तों सख्त इहनां दे उत्ते कारवाई अमल च लिआंदी जिहड़ा 12 बोर की राइफल है वह प्रोबेबली नजायज़ नहीं है, ਜਿਹੜੇ ਪਿਸਟਲ ਨੇ ਦੋਵੇਂ ਹੀ ਉਹ ਨਜਾਇਜ਼ ਆ। ਇੱਕ ਹੁੱਲੜਬਾਜ਼ੀ ਦੀ ਸਰ ਤੁਸੀਂ ਇੱਕ ਛੋਟੇ ਲੈਵਲ ਦਾ ਜਾਂਦੇ ਗੈਂਗ ਨਾਲ ਸੰਬੰਧ ਤੁਹਾਡੀ ਇਨਵੈਸਟੀਗੇਸ਼ਨ ਚ ਆਏਗਾ ਕਿਉਂਕਿ ਇਹਨੇ ਛੋਟੇ ਲੈਵਲ ਦਾ ਇੱਕ ਝਗੜਾ ਜੇ ਕੀਤਾ ਜਾਂਦਾ ਤੇ ਵੈਪਨ ਇਹਨਾਂ ਕੋਲ ਇਲੀਗਲ ਨੇ ਇਹੋ ਸਿੱਧੇ ਵੱਜ ਜਾਂਦੇ ਤੇ ਦਿਸ ਇਜ਼ ਕੁਆਇਟ ਸੀਰੀਅਸ, ਇਸੇ ਕਰਕੇ ਅਸੀਂ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਸੇ ਵੇਲੇ ਪਰਚਾ ਇਹਨਾਂ 'ਤੇ ਦਰਜ ਕੀਤਾ ਔਰ ਅਸੀਂ ਫਰਦਰ ਜਿਹੜਾ ਇਹਨਾਂ ਦਾ ਰਿਮਾਂਡ ਲੈ ਰਹੇ ਹਾਂ, ਅੱਜ ਇਹਨਾਂ ਨੂੰ ਪੇਸ਼ ਕਰਕੇ ਅਸੀਂ ਰਿਮਾਂਡ ਲਵਾਂਗੇ, ਫਰਦਰ ਜਿਹੜੀ ਇਨਵੈਸਟੀਗੇਸ਼ਨ ਹੋਏਗੀ ਜੋ ਜੋ ਜਿਹੜੇ ਤੱਤ ਸਾਹਮਣੇ ਆਉਣਗੇ ਕਿਸੇ ਨਾ ਕਿਸ ਨਾਲ ਕਿੱਥੋਂ ਇਹਨਾਂ ਦੇ ਹਥਿਆਰ ਆਏ ਨੇ ਕਿੱਥੋਂ ਇਹਨਾਂ ਨੇ ਨਜਾਇਜ਼ ਲਿਆਂਦੇ, ਈਵਨ ਸਪਲਾਇਰ ਜਿਨ੍ਹਾਂ ਨੇ ਇਹਨਾਂ ਨੂੰ ਸਪਲਾਈ ਕੀਤਾ ਉਹਨਾਂ ਨੂੰ ਵੀ ਅਸੀਂ ਡਿੱਕੇ ਲਿਆਵਾਂਗੇ ਤਾਂ ਕਿ ਇਸ ਚੀਜ਼ 'ਚ ਸੋਧ ਹੋਵੇ। ਸਰ ਕੋਰਟ ਪੇਸ਼ ਕਰਦੇ? ਨਹੀਂ, ਹਾਲੇ ਨਹੀਂ ਕੀਤਾ, ਅੱਜ ਕਰ ਰਹੇ ਹਾਂ ਆਪਾਂ। ਸਰ ਇਹਨਾਂ ਦਾ ਕਹਿੰਦੇ ਪਹਿਲੇ ਨਾਕਲਾਂ ਝਗੜਾ ਹੋਇਆ ਸੀ, ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਨੇ ਟਾਈਮ ਪਾਇਆ 10-15 ਦਿਨ ਪਹਿਲਾਂ, ਇਸ ਗੱਲ ਦੀ ਅਸੀਂ ਸਾਰੀ ਜਿਹੜੀ ਆ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ ਔਰ ਜੋ ਜੋ ਤੱਥ ਸਾਹਮਣੇ ਆਉਣਗੇ ਤੁਹਾਨੂੰ ਜਾਣੂ ਕਰਵਾ ਦਿਆਂਗੇ। ਨਹੀਂ ਪਰ ਸਰ ਬੰਦੇ ਵੀ ਉਹੀ ਨੇ ਨਾ ਜਿਹੜੇ ਲੜੇ ਸੀ ਉੱਥੇ? ਜਿਹੜੇ ਨਾਕਲਾਂ ਉਹ ਪਰਚਾ ਇੱਕ ਅਲੱਗ ਹੈ, ਇਹ ਉਹਨਾਂ ਦੇ ਨਾਲ ਰਿਲੇਸ਼ਨ 'ਚ ਹੋ ਸਕਦੇ ਆ ਬਟ ਡਾਇਰੈਕਟਲੀ ਜਿਹੜੇ ਆ ਉਹਦੇ ਵਿੱਚ ਨਹੀਂ, ਜਿਹੜੇ ਕਿਉਂਕਿ ਉਹਨਾਂ 'ਤੇ ਅਸੀਂ ਪਰਚਾ ਦੇ ਕੇ ਉਹਨਾਂ ਨੂੰ ਵੀ ਅਸੀਂ ਅਰੈਸਟ ਕੀਤਾ ਹੈ ਉਹਨਾਂ 'ਚੋਂ ਵੀ, ਇਹ ਇੱਕ ਨਵਾਂ ਪੱਖ ਹੈ, ਆਪਸ 'ਚ ਇੰਟਰਲਿੰਕ ਹੋ ਸਕਦੇ, ਇਸ ਚੀਜ਼ ਤੋਂ ਅਸੀਂ ਜਿਹੜਾ ਇਨਕਾਰ ਨਹੀਂ ਕਰ ਸਕਦੇ। ਸਰ ਤੁਸੀਂ ਵੱਡੇ ਗੈਂਗ ਦੇ ਨਾਲ ਲਿੰਕ ਹੈ ਨਾ? ਇਹ ਵੀ ਇੱਕ ਇਨਵੈਸਟੀਗੇਸ਼ਨ ਦਾ ਮਸਲਾ ਹੈ, ਜਿਹੜਾ ਮੁੱਦਾ ਜਿਹੜਾ ਅਸੀਂ ਇਹਨੂੰ ਤਫਤੀਸ਼ ਕਰ ਰਹੇ ਹਾਂ ਡੂੰਘਾਈ ਨਾਲ, ਜੋ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤਾ ਜਾਵੇਗਾ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਸੀਗੇ ਕਿ ਸਾਰੇ ਜਿੰਨੇ ਵੀ ਨਜਾਇਜ਼ ਅਸਲੇ ਉਹਦੇ ਪੜਤਾਲ ਕਰਨੀ ਹੈ, ਤੁਸੀਂ ਕਿੰਨੇ ਕੀਤੇ ਵੀ ਰੱਖੋ? ਅਸੀਂ ਵੈਰੀਫਾਈ ਕਰ ਰਹੇ ਹਾਂ, ਉਹਦਾ ਮੈਂ ਤੁਹਾਨੂੰ ਕੋਈ ਫਿਗਰ ਨਹੀਂ ਦੇ ਸਕਦਾ ਬਟ ਮੰਨ ਕੇ ਚੱਲੋ ਕਿ ਜਿੰਨੇ ਵੀ ਸਾਡੇ ਅਸਲਾ ਜਿਹੜੇ ਧਾਰਕ ਨੇ ਸਾਰਿਆਂ ਦੀ ਵੈਰੀਫਿਕੇਸ਼ਨ ਹੋ ਰਹੀ ਹੈ ਔਰ ਜਿੱਥੇ ਵੀ ਕੋਈ ਇਹੋ ਜਿਹੀ ਗੱਲ ਪਾਈ ਗਈ ਕਿ ਜਿਹੜਾ ਕੋਈ ਅਨਈਵਨ ਜਾਂ ਕੋਈ ਅਨਵਿਲਿੰਗ ਜਿਹੜਾ ਕੋਈ ਬੰਦਾ ਡਿਜ਼ਰਵ ਨਹੀਂ ਕਰਦਾ, ਅਨਡਿਜ਼ਰਵਿੰਗ ਕਰੈਕਟਰ ਕਿਸੇ ਨੂੰ ਹਥਿਆਰ ਕੋਈ ਜਾਰੀ ਹੋਇਆ, ਅਸੀਂ ਜ਼ਰੂਰ ਉਹਨੂੰ ਕੈਂਸਲ ਕਰਾਵਾਂਗੇ। ਇਹ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਜਿਹੜਾ ਚਲੋ ਮੈਂ ਤੁਹਾਨੂੰ ਦੱਸ ਦਿੰਦਾ, ਪਹਿਚਾਣ ਜਿਹੜੀ ਇੱਕ ਸੁਖਚੈਨ ਸਿੰਘ ਆ ਪੁੱਤਰ ਸ਼ਾਹ ਬ੍ਰਹਮ ਔਰ ਰਾਜ ਬੱਬਰ ਉਰਫ ਗੱਬਰ, ਦੈਨ ਜਸ਼ਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ, ਲਵਪ੍ਰੀਤ ਸਿੰਘ ਉਰਫ ਭੂਪਾ ਪੁੱਤਰ ਸਾਹਿਬ ਸਿੰਘ, ਇਹ ਸਾਰੇ ਮਜੀਠਾ ਦੇ ਨੇ, ਔਰ ਜੋਬਨਜੀਤ ਸਿੰਘ ਪੁੱਤਰ ਹਰਦਿਆਲ ਸਿੰਘ, ਇਹ ਵਾਸੀ ਦਾਦੂਪੁਰੇ ਦਾ, ਦੋਨਾਂ ਪਾਸੇ ਦੇ ਆ। ਲੋਕਲ ਜਿੰਨੀ ਦੇਰ 'ਚ ਕੰਟਰੋਲ ਰੂਮ 'ਤੇ ਫੋਨ ਗਿਆ ਉੱਨੀ ਦੇਰ ਨੂੰ ਸਾਡੀ ਪੁਲਿਸ ਉੱਥੇ ਆਲਰੇਡੀ ਜਿਹੜੀ SHO ਦੀ ਜਿਹੜੀ ਅਗਵਾਈ ਦੇ ਹੇਠ ਪਹੁੰਚ ਗਈ ਸੀ, ਕਿਉਂਕਿ ਅਸੀਂ ਇਸ ਚੀਜ਼ ਨੂੰ ਤੁਹਾਨੂੰ ਪਤਾ ਹੀ ਹਥਿਆਰਾਂ ਦਾ ਖਾਸ ਕਰਕੇ ਨੁਮਾਇਸ਼ ਹੋ ਗਈ, ਨਜਾਇਜ਼ ਜਿਹੜੇ ਲਿਆਉਣੇ ਜਾਂ ਗਾਂਹ ਵਿਕ
सप्लाई करने एक बड़ा संगीन जुर्म है और जिदे वास्ते इस वेले सरकार दे बड़े सख्त दिशा निर्देश ने उहदे चक्कर जदों भी कोई इहोजी फायरिंग वाली चीज़ आ ते एक तुसीं इहनूं मान लो कि दैट बिकम्स नंबर प्रायोरिटी नंबर वन उस वेले जिहड़ी आ मुस्तैदी नाल ही पहुँच के रोकिया गया नहीं तो यह जिस तरह गोलीबाजी इन्नी हुई है कुछ भी हो सकता है। फायर तो इन्होंने खोल मैं थोड़ा ऑलरेडी दस चुका कि सत्त जिहड़े सानू 12 बोर दे मिले और तकरीबन 17 खोल सानू जिहड़े पिस्टल्स दे जिहड़े 32 बोर दे इन्हां दे विच आ जिहड़े रजिस्टर्ड ने इन्हां दे विच दो कु जणे हैगे आ जिन्हां दे पहलां जिहड़े परचे साडे तसदीक होए आ उह असीं उह इक ते 302 दा वी हैगा मर्डर वाला वी और दूसरे ते कब्जे कुब्जे वाले परचा नहीं जख्मी नहीं कोई फायरिंग दे जख्मी कोई यह नहीं गल।